ਇੱਕ ਹੁੰਦੀ ਚੀਜ਼ ਕਿ ਪਰਫੈਕਸ਼ਨਿਸਟ ਹੋਣਾ ਚਾਹੀਦਾ ਬੰਦੇ ਨੂੰ ਇੱਕ ਹੁੰਦਾ ਪਾਗਲ ਉਹ ਤੁਸੀਂ ਉਹ ਇਹ ਇਹ ਮੈਨੂੰ ਦੱਸਦਾ ਬਹੁਤ ਵੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਯੁਵਰਾਜ ਹੰਸ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਾਨਸੀ ਯੁਵਰਾਜ ਹੰਸ ਅਤੇ ਸਾਡੀ ਲਵ ਸਟੋਰੀ ਦੱਸਣਗੇ ਮਾਨਸੀ ਜੀ ਕਿਉਂਕਿ ਕੁੜੀਆਂ ਘੈਂਟ ਹੁੰਦੀਆਂ ਸਟੋਰੀ ਟੈਲਿੰਗ 'ਚ ਓ ਯਾਰ ਰਾਈਟ ਆਪਾਂ ਮਿਲੇ ਸੀ ਮੁੰਬਈ ਇੱਕ ਸ਼ੋਅ ਦੇ ਦੌਰਾਨ ਜਿਸ 'ਚ ਪੰਜਾਬ ਵਾਲੇ ਵੀ ਆਏ ਸੀ ਔਰ ਮੈਂ ਕਦੀ ਨਹੀਂ ਸੋਚਿਆ ਇਹ ਸੜੀ ਵਾਲਾ ਇਨਸਾਨ ਮੇਰਾ ਪਤੀ ਹੋਏਗਾ ਬਟ ਇਹਨਾਂ ਦੀ ਕਿਸਮਤ ਅੱਛੀ ਇਹਨਾਂ ਨੂੰ ਮੇਰੇ ਵਰਗੀ ਕੁੜੀ ਮਿਲੀ ਇੰਨੇ ਕਾਲੇ ਕਲੂਟੇ ਮੁੰਡੇ ਨੂੰ ਵੀ ਮੈਂ ਹਾਂ ਕਰਦੀ ਸੀ ਉਸ ਟਾਈਮ ਬਿਕੋਜ਼ ਸਰ ਜੀ ਧੋਖੇ ਚੋਂ ਨਿਕਲ ਰਹੇ ਸੀ ਥੈਂਕ ਯੂ ਰੇਸਿਜ਼ਮ ਦੇਖੋ ਰੇਸਿਜ਼ਮ ਕਿੱਦਾਂ ਹੋ ਰਿਹਾ ਹੈ ਰੇਸਿਜ਼ਮ ਨਹੀਂ ਹੈ ਇੰਨਾ ਨਹੀਂ ਉਦੋਂ ਮੈਂ ਦੱਸਦਾ ਉਦੋਂ ਮੈਂ ਇੰਨਾ ਮੁਰਝਾਇਆ ਤੇ ਸੁਲਝਿਆ ਨਹੀਂ ਉਲਝਿਆ ਹੋਇਆ ਕਿਉਂ ਸੀਗਾ ਕਿਉਂਕਿ ਮੇਰਾ ਨਵਾਂ ਨਵਾਂ ਹੋਇਆ ਸੀ ਬ੍ਰੇਕਅਪ ਮੇਰਾ ਕਾਫੀ ਕਾਫੀ ਪੁਰਾਣਾ ਪਿਆਰ ਸੀਗਾ ਪਿਆਰ ਤਾਂ ਨਹੀਂ ਮਤਲਬ ਪਿਆਰ ਹੀ ਸੀਗਾ ਝੂਠ ਨਹੀਂ ਬੋਲਣਾ ਬਟ ਹੁਣ ਤਾਂ ਤੂੰ ਹੈ ਨਾ ਯਾਰ ਕੁੱਟੀ ਨਾ ਮੈਨੂੰ ਪਲੀਜ਼ ਹੁਣ ਦੱਸ ਲੈਣ ਦੇ ਪੁਰਾਣਾ ਪਿਆਰ ਗਿਆ ਭਾੜਵੇਂ ਐਕਸ ਸੀਗੀ ਉਹਨੇ ਮੈਨੂੰ ਡਿਚ ਕੀਤਾ ਸੀਗਾ ਤੇ ਥੈਂਕਸ ਟੂ ਹਰ ਮੈਂ ਲਾਈਫ 'ਚ ਪਾਰਟੀ ਨਹੀਂ ਸੀ ਕਰਦਾ ਫਿਰ ਮੈਂ ਸੋਚਿਆ ਪਾਰਟੀ ਕਰਨੀ ਫਿਰ ਅੱਛਾ ਉੱਥੇ ਵੀ ਮਤਲਬ ਪਾਰਟੀ 'ਚ ਵੀ ਮੁੰਡਾ ਦੁਖੀ ਚ ਸੀ ਲੇਕਿਨ ਫਿਰ ਵੀ ਕੋਸ਼ਿਸ਼ ਕਰ ਰਿਹਾ ਮੈਂ ਕੁੜੀਆਂ ਨਾਲ ਮਿੰਗਲ ਹੋਣ ਦੀ ਕੋਸ਼ਿਸ਼ ਕਰਾਂ ਲੇਕਿਨ ਸਾਨੂੰ ਕੀ ਪਤਾ ਇਹਨੇ ਮੇਰੇ ਹੀ ਪੱਲੇ ਸਾਰੇ ਪੋਲ ਜਾਣ ਦੀਆਂ ਮੈਂ ਇਹਨਾਂ ਨੂੰ ਇਹਨਾਂ ਨੇ ਲਿਟਰਲੀ ਅੱਛਾ ਇਹਦੀਆਂ ਸਹੇਲੀਆਂ ਮੇਰੀਆਂ ਸਹੇਲੀਆਂ ਬਣ ਗਈਆਂ ਸੀ ਉੱਥੇ ਮਤਲਬ ਇਹ 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 ਯਾਦ ਆ ਇੱਕ ਕੁੜੀ ਨੂੰ ਤੂੰ ਮੈਨੂੰ ਚੱਲ ਤੂੰ ਹੀ ਦੱਸ ਨਹੀਂ ਇੱਕ ਕੁੜੀ ਬਾਰੇ ਇਹਨਾਂ ਨੇ ਕਿਹਾ ਮੈਨੂੰ ਨਾ ਪਸੰਦ ਹੈ ਹਲਕੀ ਜੀ ਮਤਲਬ ਹਲਕੀ ਇਨ ਦਾ ਸੈਂਸ ਲੱਗਦਾ ਹੈ ਮੈਨੂੰ ਅੱਛੀ ਲੱਗਦੀ ਬਟ ਤੁਸੀਂ ਅੱਗੇ ਪਤਾ ਕਰਕੇ ਦਿਓ ਮੈਨੂੰ ਕੀ ਪਤਾ ਮੈਂ ਹੀ ਹੋ ਜਾਣਾ ਫਾਈਨਲ ਲਿਸਟ 'ਚ ਮੈਂ ਇਹਨੂੰ ਪੁੱਛਣ ਦਾ ਉਹਦੀ ਕੁੜੀ ਬਾਰੇ ਉਹ ਸਾਈਡ ਤੇ ਹੋ ਗਈ ਇਹ ਹਾਂ ਔਰ ਮੇਰੀ ਫਰੈਂਡਸ ਮੈਨੂੰ ਯਾਰ ਲੜਕਾ ਅੱਛਾ ਤੋ ਹੈ ਲੇਕਿਨ ਇਹ ਕਿਸੇ ਔਰ ਕੇ ਸਾਥ ਡਾਂਸ ਕਰ ਰਿਹਾ ਹੈ ਮੈਨੂੰ ਕੀ ਪਤਾ ਲੜਕੇ ਕੀ ਸਾਰੀ ਪੋਲ ਮੇਰੇ ਸਾਹਮਣੇ ਹੀ ਖੁੱਲ ਰਹੀ ਹੈ ਪਰ ਦੇਖ ਮੁੰਡਾ ਫੇਮਸ ਸੀਗਾ ਸਾਰੀਆਂ ਕੁੜੀਆਂ ਦੇ ਉੱਥੇ ਵੀ ਸ਼ੁਕਰ ਬਹੁਤ ਵਧੀਆ ਆਪਣਾ ਵੈਸੇ ਹੁਣ ਨਹੀਂ ਹੈਗਾ ਹੁਣ ਤਾਂ ਸ਼ੁਕਰ ਮੇਰਾ ਟੈਟ ਹੋ ਗਿਆ ਸਾਰਾ ਜਦੋਂ ਦਾ ਵਿਆਹ ਹੋਇਆ ਸ਼ੁਕਰ ਕਹਦਾ ਹੁਣ ਸ਼ਨੀ ਐਤਵਾਰ ਹੀ ਜ਼ਿਆਦਾ ਆ ਹੁਣ ਤਾਂ ਸ਼ੁਕਰ ਤੇ ਇੱਦਾਂ ਮਿਲੇ ਸੀ ਅਸੀਂ ਇੱਦਾਂ ਮਿਲੇ ਸੀ ਔਰ ਉਸ ਤੋਂ ਬਾਅਦ ਵੀ ਬੜੀ ਇੰਟਰਸਟਿੰਗ ਰਹੀ ਹੈ ਸਟੋਰੀ ਕਿਉਂਕਿ 2 ਮਾਰਚ 'ਚ ਅਸੀਂ ਮਿਲੇ 10th 'ਚ 10th ਅਪ੍ਰੈਲ ਨੂੰ ਅਸੀਂ ਡੇਟ ਕਰਨਾ ਸ਼ੁਰੂ ਕੀਤਾ 24th ਅਗਸਤ ਨੂੰ ਮੁੰਡੇ ਨੇ ਕਹਿਤਾ ਮੈਂ ਵਿਆਹ ਨਹੀਂ ਕਰ ਸਕਦਾ ਤੇਰਾ ਮੇਰਾ ਕੱਟ ਆਫ ਮੈਂ ਕਿਹਾ ਇਹ ਕੀ ਸੀਗਾ ਔਰ ਸਡਨਲੀ ਮਤਲਬ ਕੁਛ ਨਹੀਂ ਪਤਾ ਮੈਂ ਪੇਰੈਂਟਸ ਨੂੰ ਮਿਲ ਰਹੀ ਹਾਂ ਸਭ ਔਰ ਸਡਨਲੀ ਮੈਨੂੰ ਰਿਅਲਾਈਜ਼ ਹੁੰਦਾ ਉਹ ਅੱਛਾ ਸਾਡਾ ਬ੍ਰੇਕਅਪ ਹੋ ਗਿਆ ਮੈਂ ਵਿਆਹ ਤਾਂ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਵਿਆਹ ਕਰਾ ਕੇ ਵੀ ਮੈਂ ਸੂਟਾਂ ਵਾਸਤੇ ਪੈਸੇ ਘਰੋਂ ਲਵਾਂ ਤਾਂ ਕਰਕੇ ਮੈਂ ਕਿਹਾ ਜੀ ਮੈਨੂੰ ਥੋੜ੍ਹੇ ਪੈਸੇ ਕਮਾ ਲੈਂਦੇ ਲੈਟਸ ਵੇਟ ਥੋੜ੍ਹਾ ਜਿਹਾ ਕਰ ਲੈਂਦੇ ਅਤੇ ਇਹ ਕਹਿੰਦੀ ਕਿ ਦੇਖਦੇ ਹਾਂ ਕੀ ਬਣਦਾ ਉਹ ਫਿਰ ਪਾਪਾ ਨੇ ਆਪ ਹੀ ਕਹਿਤਾ ਐਕਚੁਅਲੀ ਡੈਡ ਨੇ ਆਪ ਕਰਦਾ ਕਿ ਬੇਟੇ ਇੱਦਾਂ ਮੈਨੂੰ ਨਹੀਂ ਚੰਗਾ ਲੱਗਦਾ ਤੁਸੀਂ ਜੇ ਇਫ ਯੂ ਗਾਇਜ਼ ਆਰ ਸੀਰੀਅਸ ਦੈਨ ਗੋ ਅਹੈਡ ਇਹਨੂੰ ਮਾਨਸੀ ਨੂੰ ਫੋਨ ਕੀਤਾ ਸੀ ਉਹਨਾਂ ਨੇ ਪਾਪਾ ਨਾਲ ਮੈਂ ਇੱਕ ਸ਼ੋਅ ਕੀਤਾ ਸੀ ਉਸ ਦੌਰਾਨ ਪਾਪਾ ਨੇ ਮੈਨੂੰ ਪੁੱਛਿਆ ਸੀ ਕਿ ਅਗਰ ਤੁਸੀਂ ਦੋਨੋਂ ਫਰੈਂਡਸ਼ਿਪ ਹੈ ਕਿ ਫਰੈਂਡਸ਼ਿਪ ਤੋਂ ਉੱਪਰ ਹੈ ਦੈਨ ਆਈ ਸੈਡ ਓਬਵੀਅਸਲੀ ਉੱਪਰ ਹੈ ਬਟ ਤੁਹਾਡਾ ਮੁੰਡਾ ਅਜੇ ਥੋੜ੍ਹਾ ਸੀਰੀਅਸ ਨਹੀਂ ਹੈਗਾ ਕਿਉਂਕਿ ਉਹ ਸੀਰੀਅਸ ਤਾਂ ਹੈਗੇ ਬਟ ਰਿਸਪੋਂਸਿਬਿਲਿਟੀ ਲੈਣ ਨੂੰ ਸ਼ੋਰ ਨਹੀਂ ਹੈ ਕਿ ਮੈਂ ਵਿਆਹ ਲਈ ਰਿਸਪੋਂਸਿਬਿਲਿਟੀ ਚੱਕ ਸਕਦਾ ਕਿ ਨਹੀਂ ਹਜੇ ਬਦਨਾਮ ਨਹੀਂ ਮੇਰੇ ਬੱਚੇ ਕਿਉਂਕਿ ਉਹ ਵੀ ਤਾਂ ਦੱਸਾਂਗੇ ਕਿੰਨਾ ਚੇਂਜ ਆਇਆ ਹੁਣ ਮਤਲਬ ਵਿਆਹ ਹੋਣ ਤੋਂ ਬਾਅਦ ਐਂਡ ਸਪੈਸ਼ਲੀ ਰਿਦਾਨ ਹੋਣ ਤੋਂ ਬਾਅਦ ਕੀ ਚੇਂਜ ਹੈ ਬੇਟਾ ਸਾਰੀ ਸਟੋਰੀ ਬਤਾਈ ਜਾਏਗੀ ਐਸੇ ਮਤ ਕਹੋ ਨਾ ਦੱਸ ਦੱਸ ਮੇਰੇ ਬਹੁਤ ਕਲੋਜ਼ ਨੇ ਪਾਪਾ ਮੈਂ ਉਹਨਾਂ ਦਾ ਲਾਡ ਲਾਇਆ ਸਭ ਤੋਂ ਇਸ ਘਰ 'ਚ ਅਤੇ ਉਦੋਂ ਮੈਂ ਜਿੱਦਾਂ ਮਾਨਸੀ ਨੂੰ ਪਤਾ ਕਿ ਮੇਰਾ ਨਵਾਂ ਨਵਾਂ ਬ੍ਰੇਕਅਪ ਹੋਇਆ ਸੀਗਾ ਮੈਂ ਥੋੜ੍ਹਾ ਬਹੁਤ ਥੋੜ੍ਹਾ ਨਹੀਂ ਕਾਫੀ ਜ਼ਿਆਦਾ ਉਹ ਰਹਿੰਦਾ ਹੁੰਦਾ ਸੀ ਆਪ ਦੁਖੀ ਟਾਈਪਸ ਉਹ ਸੈਂਸ ਕਰਦੇ ਸੀਗੇ ਉਹ ਫੀਲ ਕਰਦੇ ਸੀਗੇ ਇਸ ਚੀਜ਼ ਨੂੰ ਕਿ ਇਜ਼ ਨੋਟ ਹੈਪੀ ਮੁੰਡਾ ਮੇਰਾ ਥੋੜ੍ਹਾ ਹਜੇ ਗਲਤ ਹੋਇਆ ਮੁੰਡੇ ਨਾਲ ਧੱਕਾ ਹੋਇਆ ਹਾਂ ਮੇਰੇ ਸਾਹਮਣੇ ਇੱਕ ਵਾਰੀ ਲਿਟਰਲੀ ਪਾਪਾ ਦੇ ਅੱਖਾਂ 'ਚ ਅੱਥਰੂ ਵੀ ਆਏ ਸੀ ਉਹ ਮੇਰੇ ਘਰ ਵੀ ਪਤਾ ਸੀਗਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਕਦੀ ਲੁਕੋਇਆ ਨਹੀਂ ਕਿਸੇ ਚੀਜ਼ ਦਾ ਸੋ ਹੀ ਨਿਊ ਇਟ ਕਿ ਹੀ ਇਜ਼ ਇਨ ਪੇਨ ਜਾਂ ਕੁਛ ਆ ਫਿਰ ਮਾਨਸੀ ਉਹਨਾਂ ਨੂੰ ਇੰਨਾ ਪਤਾ ਸੀ ਕਿ ਕਿਉਂਕਿ ਮਾਨਸੀ ਨਾਲ ਇੱਕ ਰਿਐਲਿਟੀ ਸ਼ੋਅ 'ਚ ਆਲਰੇਡੀ ਪਾਪਾ ਜੱਜ ਸੀਗੇ ਸ਼ੀ ਵਾਜ਼ ਹੋਸਟ ਪਾਪਾ ਨੂੰ ਪਤਾ ਸੀਗਾ ਕਿ ਹਾਓ ਮਾਨਸੀ ਇਜ਼ ਹੈ ਨਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੰਮਾ ਨੇ ਮੇਰੀ ਤਾਂ ਇੰਨੀ ਹਿੰਮਤ ਹੀ ਨਹੀਂ ਹੁੰਦੀ ਕਦੀ ਕਿ ਉਹਨਾਂ ਨੂੰ ਦੱਸਦਾ ਕਿ ਇੱਦਾਂ ਇੱਦਾਂ ਜੀ ਰਿਲੇਸ਼ਨਸ਼ਿਪ ਆ ਨਾ ਹੀ ਸਾਡੇ ਘਰਾਂ 'ਚ ਇੱਦਾਂ ਦੇ ਰਿਵਾਜ਼ ਆ ਉਹ ਤਾਂ ਮਾਤਾ ਦੇ ਥਰੂ ਇੱਕ ਹੁੰਦਾ ਨਾ ਆਪਣਾ ਮੈਸੈਂਜਰ ਮੰਮੀ ਹਮੇਸ਼ਾ ਇੱਕ ਪੱਕਾ ਹਥਿਆਰ ਹੁੰਦੀ ਆ ਕਿ ਉਹਨੂੰ ਕਹਿ ਕੇ ਪਾਪਾ ਤੋਂ ਕੰਮ ਜਾਂ ਕੁਛ ਵੀ ਫਿਰ ਮੈਂ ਮੰਮੀ ਨੂੰ ਦੱਸਿਆ ਕਿ ਇੱਦਾਂ ਇੱਦਾਂ ਜੀ ਤੁਸੀਂ ਡੈਡੀ ਨੂੰ ਪੁੱਛ ਲਓ ਠੀਕ ਆ ਸਾਰਾ ਓਕੇ ਆ ਡੈਡੀ ਨੇ ਮੈਨੂੰ ਫੋਨ ਕੀਤਾ ਕਹਿੰਦੇ ਆਰ ਯੂ ਸੀਰੀਅਸ ਅਬਾਊਟ ਹਰ ਮੈਂ ਕਿਹਾ ਹਾਂਜੀ ਨਾਈਸ ਕੁੜੀ ਆ ਤੁਸੀਂ ਖੁਸ਼ ਹੋ ਮੈਂ ਕਿਹਾ ਹਾਂਜੀ ਕਹਿੰਦੇ ਠੀਕ ਆ ਬਸ ਉਹਨਾਂ ਨੇ ਇੰਨਾ ਪੁੱਛਿਆ ਫਿਰ ਉਹਨਾਂ ਨੇ ਮਾਨਸੀ ਨੂੰ ਫਿਫਥ ਫੈਬ 2017 'ਚ ਜਦੋਂ ਸਾਡੀ ਇੰਗੇਜਮੈਂਟ ਹੋਈ ਸੀ ਦੈਟ ਟਾਈਮ ਆਲਸੋ 2 ਦਿਨ ਪਹਿਲੇ ਕਹਿ ਰਹੇ ਮਾਨਸੀ ਤੈਨੂੰ ਨਹੀਂ ਲੱਗਦਾ ਥੋੜ੍ਹਾ ਜ਼ਿਆਦਾ ਜਲਦੀ ਹੋ ਰਿਹਾ ਮੈਂ ਕਿਹਾ ਤੁਹਾਨੂੰ ਕੁਝ ਜ਼ਿਆਦਾ ਜਲਦੀ ਨਹੀਂ ਯਾਦ ਆਇਆ ਹੁਣ ਹੋ ਰਿਹਾ ਮੈਂ ਕਿਹਾ ਹੁਣ ਹੋਣ ਦੋ ਜੋ ਹੋਏਗਾ ਦੇਖਿਆ ਜਾਏਗਾ
ਦੈਨ ਫਿਰ ਉਸ ਤੋਂ 9 ਮੰਥਸ ਤੋਂ ਬਾਅਦ ਬੇਟਾ ਤੁਸੀਂ ਕਿਉਂ ਨਹੀਂ ਬੋਲ ਰਹੇ ਮੈਂ ਇੰਨਾ ਵੀ ਥੋੜੀ ਬੰਦ ਕੇ ਰੱਖਿਆ ਤੁਹਾਨੂੰ ਬਹੁਤ ਵਧੀਆ ਮੈਨੂੰ ਪਤਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਨਾ ਵਿਚਾਰਾ ਕਿੰਨਾ ਸ਼ਰੀਫ ਬੱਚਾ ਤੂੰ ਜਿਹੜਾ ਮੈਨੂੰ ਬਦਨਾਮ ਕਰ ਰਹੀ ਹੈ ਨਾ ਮੈਂ ਸਾਰਾ ਇੱਥੇ ਧੋ ਕੇ ਜਾਣਾ ਅੱਜ ਆਪਣੇ ਪਾਪ ਨਹੀਂ ਮੈਂ ਬਦਨਾਮ ਨਹੀਂ ਕਰ ਰਹੀ ਦੈਨ ਫਿਰ 9 ਮੰਥਸ ਦੇ ਬਾਅਦ ਅਸੀਂ ਕੋਰਟ ਮੈਰਿਜ ਕੀਤੀ 30th ਕਿੰਨੇ ਪੂਰੇ ਐਕਚੁਅਲੀ ਫੈਬ ਤੋਂ ਬਾਅਦ April 30th ਨੂੰ ਅਸੀਂ ਕੋਰਟ ਮੈਰਿਜ ਕੀਤੀ ਸੀ ਬੰਬੇ ਵਿੱਚ ਤੇ ਮੈਂ ਕਿਹਾ ਐਵੇਂ ਹੀ ਫੇਰ ਕਹੇਗਾ 4 ਮਹੀਨੇ ਬਾਅਦ ਮੈਂ ਵਿਆਹ ਨਹੀਂ ਕਰਨਾ ਮੈਂ ਇਹ ਨਹੀਂ ਕਰਨਾ ਮੈਂ ਇਸ ਤੋਂ ਬੈਠਾ ਬੈਠਾ ਪੱਕਾ ਕਰੋ ਪਿਤਾ ਸ਼੍ਰੀ ਕਹਿ ਰਹੇ ਕੋਰਟ ਮੈਰਿਜ ਕਰਾ ਮੈਨੂੰ ਪਾਪਾ ਕਹਿੰਦੇ ਇਹਨੂੰ ਬੰਬੇ ਸ਼ਿਫਟ ਕਰਾਓ ਥੋੜਾ ਕੰਮ ਕਰੇਗਾ ਇਹ ਕਰੇਗੇ ਮੈਂ ਕਿਹਾ ਪਾਪਾ ਪਹਿਲੇ ਸ਼ਿਫਟ ਕਰਾਏਗੇ ਹਮ ਪਹਿਲੇ ਕੋਰਟ ਮੈਰਿਜ ਕਰਾਂਗੇ ਤਬ ਹਮ ਇਕੱਠੇ ਰਹਿਣਗੇ ਨਹੀਂ ਤਾਂ ਨਹੀਂ ਰਹਿਣਗੇ ਸੋ ਫਿਰ ਅਸੀਂ ਕੋਰਟ ਮੈਰਿਜ ਕੀਤੀ ਦੈਨ ਥੋੜਾ ਦੋਨਾਂ ਨੇ ਮਤਲਬ ਕੰਮ ਕੀਤਾ ਕਿ ਵਿਆਹ ਦੀ ਤਿਆਰੀਆਂ ਕਰਨੀਆਂ ਉਸਦੇ ਲਈ ਸੇਵਿੰਗਸ ਹੋਣੀ ਚਾਹੀਦੀਆਂ ਫਿਰ ਮੁੰਡਾ ਥੋੜਾ ਲਾਈਨ ਤੇ ਆਣਾ ਸ਼ੁਰੂ ਹੋਇਆ ਹੌਲੀ ਹੌਲੀ ਫਿਰ ਆਪਣੀ ਰਿਸਪੌਂਸਿਬਿਲਿਟੀ ਸਮਝਣ ਲੱਗਿਆ ਫਿਰ ਸਾਡਾ ਵਿਆਹ ਵਿਆਹ ਹੋਇਆ ਫਿਰ ਦਾਨ ਹੋ ਗਿਆ 9 ਮਹੀਨੇ ਬਾਅਦ ਬਸ ਇਹ ਹੀ ਕਹਾਣੀ ਹੈ ਸਾਡੀ ਉਸ ਤੋਂ ਬਾਅਦ ਜਿਹੜਾ ਮੈਰਿਜ ਤੋਂ ਬਾਅਦ ਜਿਹੜਾ ਸਾਡਾ ਮੇਰੇ ਲਈ ਮੈਮੋਰੇਬਲ ਟ੍ਰਿਪ ਸੀ ਉਹ ਸੀ ਲੰਡਨ ਦਾ ਔਰ ਮਤਲਬ ਛੋਟੀ ਛੋਟੀ ਚੀਜ਼ਾਂ ਜਿਹੜੀ ਹੁੰਦੀ ਨਾ ਇੱਕ ਮਹੀਨਾ ਪਰ ਰਹਿ ਕੇ ਨਾਲ ਕੰਮ ਵੀ ਸੀ ਉੱਥੇ ਗਏ ਵੀ ਸੀ ਉਹ ਮਤਲਬ ਮੇਰੇ ਲਈ ਯਾਦਗਾਰ ਹੈ ਮੈਂ ਚਾਹੁੰਦੀ ਹਾਂ ਮੇਰੇ ਦਾਨ ਨਾਲ ਉੱਥੇ ਜਾਈਏ ਇਹਦੇ ਨਾਲੋਂ ਜ਼ਿਆਦਾ ਐਕਸਾਈਟਮੈਂਟ ਮੈਨੂੰ ਸੀਗੀ ਜਦੋਂ ਇੰਗਲੈਂਡ ਆਇਆ ਕਿਉਂਕਿ ਮੇਰੀ ਫੇਵਰੇਟ ਕੰਟਰੀ ਆ ਉਹ ਮੈਂ ਪੜਿਆ ਉੱਥੇ 6 ਮਹੀਨੇ ਪੜਿਆ ਜ਼ਿਆਦਾ ਨਹੀਂ ਪੜਿਆ ਪਰ ਜਿੰਨਾ ਕੁ ਪੜਿਆ ਉੱਥੇ ਮੈਨੂੰ ਇੱਕ ਸੈਕਿੰਡ ਹੋਮ ਟਾਈਪ ਲੱਗਦਾ ਇੰਗਲੈਂਡ ਸੋ ਮੈਂ ਬਹੁਤ ਐਕਸਾਈਟਿਡ ਸੀ ਮੈਂ ਕਿਹਾ ਮੈਂ ਤੈਨੂੰ ਸਾਰਾ ਘੁਮਾਉਣਾ ਫਿਰ ਮੈਨੂੰ ਆਪਣੀ ਯੂਨੀਵਰਸਿਟੀ ਦਿਖਾਈ ਕਾਲਜ ਦਿਖਾਇਆ ਬੱਸਾਂ 'ਚ ਵੀ ਘੁੰਮਿਆ ਸੀ ਟ੍ਰੇਨਾਂ 'ਚ ਵੀ ਬੜਾ ਮਜ਼ਾ ਆਇਆ ਬਹੁਤ ਸਟੂਡੈਂਟ ਲਾਈਫ ਇਹਨੂੰ ਪ੍ਰੋਪਰ ਅਸੀਂ ਕੀਤੀ ਸੀਗੀ ਉੱਥੇ ਇੱਕ ਛੋਟਾ ਜਿਹਾ ਫਲੈਟ ਸੀਗਾ ਸਾਡੇ ਕੋਲ ਯਾਦ ਆ ਮੈਂ ਤੈਨੂੰ ਇਹਨੂੰ ਮੈਂ ਇੰਗਲਿਸ਼ ਫੂਡ ਬਣਾ ਕੇ ਵੀ ਖਵਾਉਂਦਾ ਰਿਹਾ ਉੱਥੇ ਬੀਨਸ ਵਗੈਰਾ ਔਰ ਉੱਥੇ ਇੱਕ ਫਨੀ ਮੂਮੈਂਟ ਹੋਇਆ ਮੈਨੂੰ ਨਾ ਕੱਪੜੇ ਓਸੀਡੀ ਪ੍ਰੋਬਲਮ ਹੈ ਕਿ ਮਤਲਬ ਮੈਨੂੰ ਚਾਹੀਦੇ ਹੀ ਚਾਹੀਦੇ ਔਰ ਲੰਡਨ ਕੀ ਹੈ ਤੁਸੀਂ ਆਪਣਾ ਕੰਮ ਖੁਦ ਕਰਦੇ ਆਪਾਂ ਪੂਰੀ ਬੈਲਕਨੀ ਕੱਪੜਿਆਂ ਨਾਲ ਭਰੀ ਹੋਈ ਸੀ ਆਹੋ ਇੰਗਲੈਂਡ ਵਿੱਚ ਯਾਰ ਇੰਗਲੈਂਡ ਵੀ ਨਹੀਂ ਚਲੋ ਇੰਗਲੈਂਡ 'ਚ ਤਾਂ ਫਿਰ ਵੀ ਆਪਣੇ ਦੇਸੀ ਵਧੀਆ ਐਸਾ ਕੰਮ ਕਰ ਲੈਂਦੇ ਦੇਖ ਜਾਂਦਾ ਸਕਾਟਲੈਂਡ 'ਚ ਗਏ ਅਸੀਂ ਗਲਾਸਗੋ 'ਚ ਉਹ ਸਾਰੇ ਉੱਥੇ ਗੋਰੇ ਇੰਗਲਿਸ਼ ਆ ਵਧੀਆ ਔਰ ਅਸੀਂ ਡਾਊਨ ਟਾਊਨ ਵਿੱਚ ਰਹਿ ਰਹੇ ਸੀਗੇ ਵਧੀਆ ਫਲੈਟ ਲਿਆ ਹੋਇਆ ਆਪਣਾ ਅਪਾਰਟਮੈਂਟ ਅਤੇ ਉਹਦੀ ਖਿੜਕੀ ਨਾਲ ਬਨੈਨਾ ਟੰਗੀਆਂ ਹੋਈਆਂ ਕੱਪੜੇ ਸ਼ਰਟਾਂ ਮੇਰੀਆਂ ਮੇਰੇ ਸਾਰੇ ਸ਼ੂਟਿੰਗ ਇਹਨੂੰ ਪ੍ਰੋਬਲਮ ਆ ਸਾਡੇ ਘਰ 'ਚ ਵਾਸ਼ਿੰਗ ਮਸ਼ੀਨ ਆ ਨਾ ਉਹਨੂੰ ਸਾਹ ਆਉਂਦਾ ਹੀ ਨਹੀਂ ਬਿਲਕੁਲ ਥੋੜ੍ਹੇ ਦਿਨ ਪਹਿਲੇ ਦੀ ਗੱਲ ਹੈ ਮੈਂ ਡਿਲੀਟ ਕੀਤੀ ਸੀ ਮੇਰੀ ਗੰਦੀ ਜਿਹੀ ਫੋਟੋ ਕਲਿੱਕ ਕੀਤੀ ਫਿਲਟਰ ਲਗਾ ਕੇ ਸੋ ਆਈ ਸੈਡ ਡਿਲੀਟਡ ਡਿਲੀਟ ਕੀਤੀ ਮੈਂ ਕਿਹਾ ਨਹੀਂ ਮੈਨੂੰ ਪਤਾ ਤੁਸੀਂ ਰਿਕਵਰ ਵਾਲੇ 'ਚੋਂ ਕੱਢ ਲਉਂਗੀ ਮੈਂ ਉੱਥੇ ਜਾ ਕੇ ਦੇਖਿਆ ਤਾਂ ਕੁੜੀ ਦੀ ਫੋਟੋ ਸੀ ਇਹਨਾਂ ਦਾ ਰੰਗ ਰੀਸੈਂਟਲੀ ਉਹ ਭਰਾਵਾ ਹਾਂ ਰੀਸੈਂਟਲੀ ਡਿਲੀਟਡ ਉਹ ਹੁੰਦਾ ਜਿਹਨਾਂ ਕੋਲ ਆਈਫੋਨ ਆ ਉਹਨਾਂ ਨੂੰ ਪਤਾ ਹੁੰਦਾ ਐਂਡ ਦੈਟ ਹੀ ਗਾਟ ਸਕੈਂਡ ਡੇਟ ਦੇਖ ਡੇਟ ਪਹਿਲੇ ਜਦੋਂ ਤੇਰੇ ਤੋਂ ਮਿਲਿਆ ਸੀ ਉਸ ਤੋਂ ਪਹਿਲੇ ਦੀ ਫੋਟੋ ਹੈ ਅਜੇ ਬਚ ਗਿਆ ਮੁੰਡਾ ਨਹੀਂ ਤੇ ਹੁਣ ਡਿਲੀਟ ਹੁੰਦੀ ਹੁਣ ਤੈਨੂੰ ਵੀ ਕੁੱਟ ਪੈਣੀ ਉਹਨੂੰ ਵੀ ਪੈਣੀ ਸੀ ਲੇਕਿਨ ਸੁਧਰ ਗਿਆ ਸਰ ਮੈਨੂੰ ਨਾ ਗਿਫਟ ਕਦੇ ਨਹੀਂ ਦਿੱਤਾ ਨਾ ਤੱਕ ਕੁੜੀ ਨੂੰ ਕਦੀ ਵੀ ਮੈਨੂੰ ਬੜਾ ਅਜੀਬ ਲੱਗਦਾ ਸੀ ਪੈਸੇ ਖਰਚਣ ਦੇ ਕੁੜੀਆਂ ਤੇ ਜਿਹੜੀ ਐਕਸ ਸੀ ਨਾ ਸੱਚ ਚੰਗਾ ਟੁੱਟ ਗਿਆ ਤੁਹਾਡਾ ਤੇ ਇਹਦੇ ਲਈ ਬੈਗ ਲੈ ਕੇ ਆਇਆ ਸੀ ਔਰ ਚੋਇਸ ਵੀ ਨਹੀਂ ਹੈ ਇਹਨਾਂ ਨੇ ਕੁਝ ਗਿਫਟ ਲੈ ਕੇ ਦੇਣਾ ਨਾ ਇਦਾਂ ਨਹੀਂ ਕੰਜੂਸ ਹੈ ਬੋਲਣਗੇ ਖੁਦ ਲੈ ਲੈ ਮਾਨਸੀ ਮੈਨੂੰ ਨਹੀਂ ਸਮਝ ਆਉਂਦਾ ਯਾਰ ਨਹੀਂ ਸਮਝ ਆਉਂਦੀ ਕੁੜੀਆਂ ਨੂੰ ਕੀ ਪਸੰਦ 150 ਇੱਕ ਵਾਰ ਇੱਕ ਤਾਂ ਸ਼ਾਪਿੰਗ ਕਰਨ ਚੱਲ ਜਾਓ ਇਹਨਾਂ ਨਾਲ ਭਰਾਵਾ ਸਾਡਾ ਮੁੰਡਾ ਨਾ ਆਹ ਜੈਕਟ ਚੱਲ ਚੁੱਕ ਆਹ ਜੈਕਟ ਚੁੱਕ ਇਹਨਾਂ ਨੇ ਪਹਿਲਾਂ ਉਹ ਜੈਕਟ ਦੇ ਬਟਨ ਤੱਕ ਦੇਖਣੇ ਹੁੰਦੇ ਬਟਨਾਂ 'ਤੇ ਕੀ ਲਿਖਿਆ ਹੈ ਠੀਕ ਆ ਮੈਚ ਕਰਦਾ ਨਹੀਂ ਕਰਦਾ ਮਤਲਬ ਜੇ ਮੁੰਡਿਆਂ ਦੀ ਸ਼ਾਪਿੰਗ ਹੋ ਜਾਂਦੀ 30 ਮਿੰਟਾਂ ਕੁੜੀਆਂ ਦੀ ਹੁੰਦੀ 30 ਘੰਟਿਆਂ ਸ਼ਾਪਿੰਗ ਸੋ ਬੰਦਾ ਕੀ ਲੈ ਕੇ ਆਊਗਾ ਕੀ ਸੋਚੂਗਾ ਕਿ ਮੈਂ ਇਹਦੇ ਲਈ ਕੀ ਲੈ ਕੇ ਆਵਾਂ ਸੋ ਮੈਂ ਇਸੇ ਕਰਕੇ ਮਾਨਸੀ ਨੂੰ ਕਹਿੰਦਾ ਮਾਨਸੀ ਤੂੰ ਆਪ ਲੈ ਲਾ ਬਿੱਲ ਮੈਂ ਦੇ ਦੂੰਗਾ ਕਿੰਨਾ ਦੁਖੀ ਇਨਸਾਨ ਹੈ ਬਿੱਲ ਮੈਂ ਲੱਗਦਾ ਤੁਹਾਨੂੰ ਹਜੇ ਵੀ ਲੱਗਦਾ ਹੀ ਆ ਮੈਨੂੰ ਤਾਂ ਲੱਗਿਆ ਸ਼ਾਇਦ ਤੁਹਾਨੂੰ ਪਤਾ ਹੋਣਾ ਔਰ ਖਾਣ ਪੀਣ ਦੇ ਮਾਮਲੇ 'ਚ ਮਤਲਬ ਮੈਨੂੰ ਖਾਣਾ ਬਣਾਉਣਾ ਬਹੁਤ ਘੱਟ ਆਉਂਦਾ ਸੋ ਮੈਂ ਇਸ ਚੀਜ਼ ਤੋਂ ਬਹੁਤ ਨਹੀਂ ਆਉਂਦਾ ਹੀ ਨਹੀਂ ਇਸ ਦਿਨ ਦੇ ਰਾਜਮਾਂ ਤੇ ਆਉਂਦੇ ਆ ਉਹ ਹਾਂ ਸੱਚ ਰਾਜਮਾਂ ਆਉਂਦੇ ਰਾਜਮਾਂ ਤੱਕ ਮਾਂ ਫਿਰ ਮਟਰ ਪਨੀਰ ਵੀ ਬਣਾਉਣਾ ਸਿੱਖਿਆ ਮੈਂ ਹਾਂ ਸਿੱਖਿਆ ਸਿਰਫ ਬਣਾਇਆ ਇੱਕ ਅੱਧੀ ਵਾਰੀ ਆ ਯੂ ਸਿੰਘ ਪੂਰੀ ਪ੍ਰੈਗਨੈਂਸੀ ਮੈਂ ਖਾਣਾ ਬਣਾਇਆ ਬਿਕਾਜ਼ ਤੁਹਾਡਾ ਲੋਕਡਾਊਨ 'ਚ ਮੂਵੀ ਚੱਲ ਰਹੀ ਮੈਂ ਬਣਾ ਕੇ ਭੇਜਦੀ ਸੀ ਨਾ ਉਹ ਹਾਂ ਯਾਰ ਕਿੰਨੇ ਅਹਿਸਾਨ ਫਰਮਾਉਂਦੇ ਲੋਕਡਾਊਨ ਅੱਜ ਤੋਂ 6 ਮਹੀਨੇ ਪਹਿਲਾਂ ਸੀ ਦਿਸ ਇਜ਼ ਸੋ ਮੀ ਪਰਸੋਂ ਤਾਂ ਤੂੰ ਰਾਜਮਾ ਬਣਾਏ ਹਾਂ ਤੇ ਤੁਸੀਂ ਮੈਂ ਕੀ ਬੋਲਣ ਦਿਆਂ ਤੂੰ ਬਣਾਏ ਨਹੀਂ ਖਾਣਾ ਹਾਂ ਸੋ ਹੈ ਬੇਵਕੂਫੀ ਯੁਵਰਾਜ ਹੰਸ ਬਟ ਸੀਰੀਅਸਲੀ ਇਹਨੂੰ ਦੋ ਚੀਜ਼ਾਂ ਆਉਂਦੀਆਂ ਪਰ ਕਮਾਲ ਲਵ ਗੁਰੂ ਜੀ ਕੋਈ ਲਵ ਕੇ ਟਿਪਸ ਦੇ ਦਿਓ ਇਨਕੋ ਆਪਣੀ ਆਡੀਅੰਸ ਕੋ ਰਿਲੇਸ਼ਨਸ਼ਿਪ 'ਚ ਵਟ ਆਈ ਫੀਲ ਲੋਇਲਟੀ ਹੋਣੀ ਚਾਹੀਦੀ ਹੈ ਟਰੱਸਟ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਥੋੜ੍ਹੇ ਜਿਹੇ ਫਨੀ ਮੂਮੈਂਟਸ ਹੋਣੇ ਚਾਹੀਦੇ ਆ ਉਹ ਜਿਹੜਾ ਹੁੰਦਾ ਨਾ ਐਲੀਮੈਂਟ ਫਨ ਐਲੀਮੈਂਟ ਹੋਣਾ ਚਾਹੀਦਾ ਮਸਤੀ ਮਜ਼ਾਕ ਜੋ ਕਿ ਇਹਨਾਂ 'ਚ ਕੁੱਟ ਕੁੱਟ ਕੇ ਭਰਿਆ ਮੇਰੇ 'ਚ ਥੋੜ੍ਹਾ ਮਿਸਿੰਗ ਹੈ ਸੋ ਆਪਾਂ ਬੈਲੈਂਸ ਕਰ ਲੈਂਦੇ ਹਾਂ ਨੰਬਰ 1 ਪ੍ਰਾਇਓਰਿਟੀ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਆਪਣੇ ਰਿਲੇਸ਼ਨਸ਼ਿਪ 'ਚ ਟਰੱਸਟ ਬਹੁਤ ਜ਼ਰੂਰੀ ਹੈ ਫਿਰ ਪਿਆਰ ਤਾਂ ਆਪ ਹੀ ਹੋ ਜਾਂਦਾ ਅਤੇ ਲੋਇਲਟੀ ਲੋਇਲਟੀ ਬਟ ਇੱਕ ਹੋਰ ਗੱਲ ਆ ਕਦੀ ਮਾਂ ਪਿਓ ਦੇ ਖਿਲਾਫ਼ ਜਾ ਕੇ ਨਾ ਕਰੋ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਮਨਾਇਆ ਜਾਵੇ ਸਾਲ ਲੱਗੇ 2 ਸਾਲ ਮਾਂ ਪਿਓ ਬੜੇ ਚੰਗੇ ਹੁੰਦੇ ਆ ਸੱਚੀ
ट्रस्ट करो, ट्रस्ट करो, प्यार करो, नहीं नहीं मजाक कर, ट्रस्ट जरूरी है ऑन अ सीरियस नोट एंड जोकिंग नोट्स भी ट्रस्ट जरूर करा करो। बस जे तुसी ट्रस्ट करदे हो ना फिर ताडी दुनिया की कोई भी ताकत थोड़े रिलेशनशिप नु नहीं खराब कर सकदी, बस अपने प्यार ट्रस्ट जरूर। अच्छा वैलेंटाइनस डे है वो तो मैं स्पेशल कराऊंगी, पर पहले मैं चाहनी तुसी मैनू प्रपोज करो, क्योंकि मैं हमेशा चाहनी कि वो जो ऑफिशियल ऑफिशियल वाला प्रपोज होंदा ना वो नहीं होया सी साडे च, इदां ही गलां गलां च ही प्यार हो गया, गलां गलां च ही विआह हो गया, गलां गलां च ही निदान हो गया, चल बेटा प्रपोज करके दिखाओ। मुंडे तो बाद वेखदे फिर तुहानू प्रपोज चाहिए होया? हां अच्छा यस, इन्नी फिल्मां कीती हो रोमांटिक हीरो वाले तो मैनू भी तो चाहिए ना कि कोई मैनू रोमांटिकली प्रपोज करे। Again? I'm already married. Again भी कहता ना। यार sorry मैं ना सच्ची मेरे तो इतना नहीं होता, मतलब sorry मानसी, but you know I love you है कोई जताऊँ दे या वो करने दे थोड़ी ये feel होता, प्यार feel किता जान्दा। So जेना नू नहीं बोलना बोलना होता, इतनी tension ना लो, मेनू भी तो इतनी सोनी कुड़ी मिली या देखो मिंता तले पा गया पा कर लेना भैया, सो कोई टेंशन की गल नहीं, इदा की कोई तुहाडा प्यार सच्चा होगा आप ही उन्हें खुश रहोगे, मैं तू खुश हाँ ना मैं बिल्कुल, बस गल खत्म। Thank you. Happy Valentine's Day once again. Yes. Hasrika. Thank you so much.